ਪਾਲ ਸਿੰਘ ਏ ਐੱਸ ਆਈ ਥਾਣਾ ਨਿਹਾਲ ਸਿੰਘ ਵਾਲੇ ਤੋਂ ਉਹਨਾਂ ਨੇ ਕਿਹਾ ਸਾਡੇ ਕੋਲ ਅਸ਼ੋਕ ਕੁਮਾਰ ਸਾਨਾ ਜਗਨਨਾਥ ਵਾਸੀ ਭਲਟਾ ਭਾਈਕਾ ਨੇ ਸਲਾਹ ਦਿੱਤੀ ਸੀਗੀ ਮੇਰੇ ਖਿਲਾਫ਼ ਇੱਦਾਂ ਦਾ ਗੁਰਬਖਸ਼ ਸਿੰਘ ਨੇ ਕੰਪਲੇਂਟ ਕੀਤੀ ਹੋਈ ਆ ਥਾਣੇ ਨਿਹਾਲ ਸਿੰਘ ਵਾਲੇ ਉਹਦੇ ਵਿੱਚ ਜਿਹੜਾ ਹੈਗਾ ਗੁਰਪਾਲ ਸਿੰਘ ਨੇ ਪਹਿਲਾਂ ਉਹਨੂੰ ਡਰਾ ਧਮਕਾ ਕੇ ਸ਼ੁੱਕਰਵਾਰ 75,000 ਰੁਪਏ ਲੈ ਲਿਆ ਬਾਕੀ 7,000 ਰੁਪਏ ਅੱਜ ਦਿਨ ਦਾ ਉਹਨੇ ਵਾਅਦਾ ਕੀਤਾ ਸੀਗਾ ਅੱਜ ਅਸੀਂ ਜਾ ਕੇ ਮੌਕੇ 'ਤੇ ਉਹਨੂੰ ਰੈੱਡ ਹੈਂਡ ਹੈਂਡਰ ਕਰ ਲਿਆ ਆ ਮੇਰੇ ਨਾਲ ਜਿਹੜੇ ਹੈਗੇ ਆ ਉਹ ਆਪਣੇ ਸ਼ੈਡੋ ਗਵਾਹ ਦੋ ਡਾਕਟਰ ਨਰਵੈਰ ਸਿੰਘ ਅਤੇ ਚਰਨਜੀਤ ਪਾਲ ਐੱਸ ਡੀ ਓ ਪੀ ਸ਼ਾਮਲ ਕੀ ਮਾਮਲਾ ਕੀ ਸੀ ਕਿਸ ਵਜ੍ਹਾ ਦੇ ਪੈਰ ਇਹ ਜਿਹੜੀ ਦਰਖਾਸਤ ਦਿੱਤੀ ਹੋਈ ਸੀ ਨਾ ਗੁਰਬਖਸ਼ ਸਿੰਘ ਨੇ ਜਿਹੜਾ ਗੁਰਬਖਸ਼ ਸਿੰਘ ਦਰਖਾਸਤ ਦਿੱਤੀ ਹੋਈ ਸੀਗੀ ਉਹਦੇ ਖਿਲਾਫ਼ ਅਤੇ ਇੱਦਾਂ ਮਤਲਬ ਇੰਡੀਗੋ ਕਾਰ ਦਾ ਨਾਂ ਕਹਿ ਰਹੇ ਸੀਗੇ ਲੇਕਿਨ ਐਕਚੁਅਲੀ ਕਹਾਣੀ ਇਹ ਸੀਗੀ ਕਿ ਉਹਨੇ ਪੈਸੇ ਲੈਣੇ ਸੀ ਅਸ਼ੋਕ ਕੁਮਾਰ ਨੇ ਉਸ ਤੋਂ ਪੈਸੇ ਲੈਣੇ ਸੀ ਉਹਦੇ ਉਹਨੇ ਉੱਥੇ ਚੈੱਕ ਵੀ ਲਏ ਹੋਏ ਸੀ ਚੈੱਕ ਉਹਨੇ ਕੋਰਟ 'ਚ ਲਾਏ ਹੋਏ ਸੀਗੇ ਅਤੇ ਜਿੱਥੋਂ ਅੱਗੇ ਮਾਮਲੇ ਦੀ ਜਿਹੜੀ ਤਫਤੀਸ਼ ਚੱਲ ਰਹੀ ਆ ਪੂਰੀ ਤਫਤੀਸ਼ ਹੋਣ ਤੋਂ ਬਾਅਦ ਸਾਰਾ ਕੁਛ ਸਪਸ਼ਟ ਹੋ ਗਿਆ ਕਰੰਸੀ ਮੌਕੇ 'ਤੇ ਬਰਾਮਦ ਹੋ ਗਈ ਹੈ ਹਾਂਜੀ ਮੌਕੇ 'ਤੇ ਬਰਾਮਦ ਹੋ ਗਿਆ ਕਿੰਨੇ ਹਜ਼ਾਰ 7,000 ਜਗਦੀਸ਼ ਸਿੰਘ ਬਾਬੂ ਅਸ਼ੋਕ ਕੁਮਾਰ ਵੱਲੋਂ ਭਗਤੇ ਭਾਈ ਤੋਂ ਗੁਰਬਖਸ਼ ਸਿੰਘ ਰਾਜੂ ਦੇ ਖਿਲਾਫ਼ ਚੈੱਕ ਦਾ ਕੇਸ ਚੱਲ ਰਿਹਾ ਸੀ ਬਠਿੰਡੇ ਅਦਾਲਤ ਦੇ ਵਿੱਚ 2.5 ਸਾਲ ਪਹਿਲਾਂ ਚੱਲ ਰਿਹਾ ਸੀ ਜੀ ਹੁਣ ਉਹਨਾਂ ਨੇ ਆ ਕੇ ਝੂਠੀ ਦਰਖਾਸਤ ਦਿੱਤੀ ਸੀ ਨਿਹਾਲ ਸਿੰਘ ਥਾਣੇ ਦੇ ਵਿੱਚ ਅਤੇ ਦਰਖਾਸਤ ਸੀਗੀ ਥਾਣੇਦਾਰ ਏ ਐੱਸ ਆਈ ਕਿਰਪਾਲ ਸਿੰਘ ਟੋਲ ਜੀ ਉਹ ਸਾਨੂੰ ਹਰਾਸਮੈਂਟ ਕਰ ਰਿਹਾ ਸੀ ਬੁਲਾ ਕੇ ਪਰਚਾ ਦੇ ਦੂੰਗਾ ਅਤੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਉਹਨਾਂ ਨੇ ਸਾਡੇ ਤੋਂ 10,000 ਰੁਪਏ ਰਿਸ਼ਵਤ ਦਾ ਤੈਅ ਹੋ ਗਿਆ ਸਾਡੇ ਨਾਲ ਜੀ 3,000 ਰੁਪਇਆ ਪਹਿਲਾਂ ਉਹਨਾਂ ਨੇ ਆਪਣੇ ਚਾਹ ਵਾਲੇ ਬੰਦੇ ਰਾਹੀਂ ਲੈ ਲਿਆ ਸੀਗਾ ਜੀ ਅੱਜ 7,000 ਰੁਪਇਆ ਵਿਜੀਲੈਂਸ ਮੁਲਾਜ਼ਮਾਂ ਦੇ ਨਾਲ ਜਾ ਕੇ ਉਹਨਾਂ ਨੇ ਬਰਾਮਦ ਕਰ ਲਿਆ ਦਿੱਤਾ ਸੀ ਥਾਣੇ ਨਿਹਾਲ ਸਿੰਘ ਵਾਲੇ ਕਿਹੜੇ ਮੈਨੂੰ 3,000 ਰੁਪਏ ਕਿਤੋਂ ਦਿੱਤਾ ਸੀਗਾ ਇਹਨਾਂ ਨੇ ਆਪਣਾ ਗਾਮਾ ਜੀ ਚਾਹ ਵਾਲਾ ਉਹਦੇ ਰਾਹੀਂ ਲਏ ਸੀਗੇ ਕਿੰਨੇ ਦਿਨ ਪਹਿਲਾਂ ਆਪਣਾ ਸ਼ਨੀਵਾਰ ਵਾਲੇ ਦਿਨ ਤੁਸੀਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਉਦੋਂ ਬਾਅਦ ਕੀ ਹੋਇਆ ਕੀ ਹੋਇਆ ਫਿਰ ਅੱਜ ਪਰੇਸ਼ਾਨ ਕਰਦੇ ਇਹ ਵੀ ਅੱਜ ਸਾਹਿਬ ਨੇ ਆਪ ਟੀਮ ਭੇਜੀ ਸਾਨੂੰ ਪੈਸੇ ਦੱਸ ਕੇ ਦੇ ਕੇ ਅਤੇ ਅਸੀਂ ਅੱਜ ਨਿਹਾਲ ਸਿੰਘ ਨਾਲ ਥਾਣੇ ਗਏ ਸੀ ਅਤੇ ਅਸੀਂ ਪੈਸੇ ਦੇ ਕੇ ਰੰਗੇ ਹੱਥੀ ਫੜਿਆ ਗਿਆ